ਜੀ ਕਰੋਨਾ ਆ ਗਿਆ, ਕਰੋਨਾ ਨੂੰ ਲੋਕਾਂ ਨੂੰ ਅੰਦਰ ਵਾੜ ਕੇ ਫਿਰ ਇਹਨੇ ਆਹ ਕਾਨੂੰਨ ਕੱਢਿਆ ਵੀ ਜਾਂ ਮਰ ਜਾਂਗੇ ਜਾਂ ਮਾਰ ਦਾਂਗੇ ਸੀ, ਇਹ ਉਹਦਾ ਜਿਹੜਾ ਕਾਨੂੰਨ ਕੱਢਿਆ ਇਹ ਖਤਮ ਕਰਨਾ। ਇਹ ਗੱਲ ਕਹੀ ਸੀ ਕਹਿੰਦਾ ਮੈਂ ਕਾਲਾ ਧਨ ਕਢਵਾ ਦੂੰਗਾ, ਉਹ ਗਰੀਬਾਂ ਚ ਵੰਡ ਦਿੰਦਾ, ਲੋਕ ਖਾ ਲੈਂਦੇ, ਨਹਿਰਾਂ ਚ ਛਟਾਈ ਦਾ, ਗੰਦੇ ਕਚੜੇ ਚ ਛਟਾਈ ਦਾ, ਕੀ ਅਸਰ ਹੋਇਆ, ਕੀ ਫਾਇਦਾ ਹੋਇਆ? ਨੋਟਬੰਦੀ ਕਰਕੇ ਲੋਕ ਮਰਨ ਵਾਲੇ ਕਰਦੇ ਉਸ ਟਾਈਮ ਤੇ, ਕਿਸੇ ਦੇ ਵਿਆਹ ਧਰਿਆ ਕਿਸੇ ਦੇ ਮਰਨਾ ਹੋ ਗਿਆ, ਤੇ ਉਹਦਾ ਜ਼ਿੰਮੇਵਾਰ ਹੈਗਾ ਸੀ ਇਹ? ਇਹਨੂੰ ਭੋਰਾ ਸੁਰਤ ਨਹੀਂ ਇਸ ਬੰਦੇ ਨੂੰ, ਕਦੇ ਜੀ ਐਸ ਟੀ ਲਾਤੀ, ਕਦੇ ਇਹ ਕਰਦਾ, ਜੋ ਕਰਦਾ ਨੂੰ ਸਿੱਧਾ ਸ਼ਬਦ ਹੀ ਨਹੀਂ ਕੋਈ ਆਉਂਦਾ, ਇਹਦੀ ਮਾਂ ਨੇ ਇਹ ਕੁਛ ਸਿਖਾਇਆ ਏ। ਇਸ ਵੇਲੇ ਦੀ ਅਹਿਮ ਖਬਰ, ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਮਾਰੂ ਨੀਤੀਆਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਪੂਰੇ ਦੇਸ਼ ਭਰ 'ਚ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਹੱਲਾ ਗੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਠਿੰਡਾ ਚੰਡੀਗੜ੍ਹ ਰੋਡ ਤੇ ਰਾਮਪੁਰਾ ਫੂਲ ਵਿਖੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਤੇ ਐਲਾਨ ਕੀਤਾ ਕਿ ਜਿੰਨਾ ਚਿਰ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਲਈ ਚਾਹੇ ਉਹਨਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਇਸ ਖਬਰ ਦੀ ਪੁਖਤਾ ਜਾਣਕਾਰੀ ਦੇ ਲਈ ਸਾਡੇ ਬਿਊਰੋ ਚੀਫ ਜਸਵੀਰ ਔਲਖ ਸਾਡੇ ਨਾਲ ਜੁੜ ਚੁੱਕੇ ਨੇ। ਜਸਵੀਰ ਜੀ, ਕੀ ਹਾਲਾਤ ਨੇ ਇੱਥੋਂ ਦੇ? ਨੀਤੀਆਂ ਲੈ ਕੇ ਜਿਹੜਾ ਕਿਸਾਨਾਂ ਦਾ ਸੰਘਰਸ਼ ਆ ਲਗਾਤਾਰ ਕਾਫੀ ਦਿਨਾਂ ਤੋਂ ਜਾਰੀ ਆ, ਲਗਾਤਾਰ ਧਰਨੇ ਪ੍ਰਦਰਸ਼ਨ ਚੱਲ ਰਹੇ ਆ ਕਿਸਾਨਾਂ ਵੱਲੋਂ। ਖੇਤੀ ਕਾਨੂੰਨ ਜੋ ਕਿਸਾਨਾਂ ਦੇ ਵਿਰੋਧ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਜਿਹੜੇ ਹੈਗੇ ਪਾਸ ਕੀਤੇ ਗਏ ਆ, ਉਹਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਰੇਲਵੇ ਲੈਣਾ, ਮੇਨ ਸੜਕਾਂ ਲਗਾਤਾਰ ਕਿਸਾਨਾਂ ਵੱਲੋਂ ਜਾਮ ਕੀਤੀਆਂ ਗਈਆਂ ਸੀਗੀਆਂ, ਪਰ ਕੁਛ ਦਿਨ ਪਹਿਲਾਂ ਜਿਹੜੀਆਂ ਰੇਲਵੇ ਲੈਣਾ ਸੀਗਾ ਉਹਨਾਂ ਨੂੰ ਕਿਸਾਨਾਂ ਵੱਲੋਂ ਜ਼ਰੂਰ ਖਾਲੀ ਕਰ ਦਿੱਤਾ ਗਿਆ ਸੀਗਾ। ਅੱਜ ਵੀ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਚੱਕੇ ਜਾਮ ਦਾ ਐਲਾਨ ਕੀਤਾ ਗਿਆ। ਤਕਰੀਬਨ 12 ਵਜੇ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ। ਕੁਛ ਕਿਸਾਨ ਸਾਡੇ ਨਾਲ ਮੌਜੂਦ ਨੇ, ਅੱਜ ਚੱਕਾ ਜਾਮ ਜਿਹੜਾ ਹੈਗਾ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ। ਜੀ ਕੀ ਕਹਿਣਾ ਤੁਹਾਡਾ? ਇਹ ਚੱਕਾ ਜਾਮ ਅੱਜ ਨਾ ਪੂਰੇ ਭਾਰਤ ਵਿੱਚ ਹੈ, ਇਹ 346 ਤੁਸੀਂ ਬੋਲਣਾ ਸੀ, 346 ਜਥੇਬੰਦੀਆਂ ਵੱਲੋਂ ਕਰਿਆ ਜਾ ਰਿਹਾ ਹੈਗਾ, ਕਿਉਂਕਿ ਅੱਜ ਮੋਦੀ ਨੂੰ ਪਤਾ ਲੱਗ ਜੇ ਵੀ ਇੱਕ ਪੰਜਾਬ ਨਹੀਂ ਬੈਠਾ ਗਾ, ਅੱਜ ਟੋਟਲ ਜਿਹੜਾ ਹਿੰਦੁਸਤਾਨ ਹੈ ਉਹ ਇਹਨਾਂ ਦੇ ਜਿਹੜੇ ਕਾਲੇ ਕਾਨੂੰਨ ਕਰੇ ਇਹਨਾਂ ਨੇ ਕਰੇ ਹੈ, ਉਹ ਕਾਲੇ ਕਾਨੂੰਨਾਂ ਦੇ ਵਿਰੁੱਧ ਹੈ, ਕਾਲੇ ਕਾਨੂੰਨਾਂ ਦੀ ਖਾਤਰ ਅੱਜ ਟੋਟਲ ਇੰਡੀਆ ਉੱਠ ਕੇ ਸੜਕਾਂ 'ਤੇ ਆ ਗਿਆ। ਇਹ ਮੋਦੀ ਨੂੰ ਦੱਸਣ ਦੀ ਖਾਤਰ ਵੀ ਇਕੱਲੇ ਤੁਸੀਂ ਪੰਜਾਬ ਹਰਿਆਣਾ ਤਿੰਨੇ ਸੂਬਿਆਂ ਨੂੰ ਕਹਿੰਦੇ ਹੁੰਦੇ ਸੀ, ਅੱਜ ਤੁਹਾਡੇ ਆਪਦੇ ਸੂਬੇ ਵੀ ਇਹਨਾਂ ਸੜਕਾਂ ਦੇ ਵਿੱਚ ਬੈਠੇ, ਜਿਸ ਨਾਲ ਕਾਰਨ ਅੱਜ ਟੋਟਲ ਬੰਦ 5 ਤਰੀਕ ਦਾ ਕੀਤਾ ਹੋਇਆ। ਗਾਹਾਂ ਅੱਗੇ ਜਿਹੜਾ ਪ੍ਰੋਗਰਾਮ 27-28 ਦਾ ਆਉਣਾ ਦਿੱਲੀ ਦੇ ਵਿੱਚ, ਦਿੱਲੀ 'ਚ ਜਾਵਾਂਗੇ, ਉੱਥੇ ਜਾ ਕੇ ਫਿਰ ਮੋਦੀ ਦੇ ਜਿਹੜਾ ਸਾਡਾ ਆਊਗਾ, ਜਿੱਥੇ ਮਰਜ਼ੀ ਰੋਕਾਂ ਲਾ ਲਿਓ, ਅਸੀਂ ਦਿੱਲੀ ਦੇ ਵਿੱਚ ਜਾ ਕੇ ਲਗਾਤਾਰ ਮੋਟੇ ਧਰਨੇ ਦੇਵਾਂਗੇ, ਤਾਂ ਕਿ ਇਹਨੂੰ ਜਿਹੜੇ ਕਾਲੇ ਕਾਨੂੰਨ ਹੈ ਇਹ ਇਕੱਲੇ ਕਿਸਾਨਾਂ ਵਾਸਤੇ ਨਹੀਂ, ਇਹ ਟੋਟਲ ਜਿਹੜੇ ਮਜ਼ਦੂਰ ਆ, ਦੁਕਾਨਾਂ ਵਾਲੇ ਹੈ, ਉਹ ਸਾਰਿਆਂ ਵਾਸਤੇ ਹੈ। ਆਹ ਬਿਜਲੀ ਦਾ ਲਿਆ ਰਹੇ ਨੇ, ਆਪਦੇ ਦਾ ਅੰਡਰ ਕਰ ਰਹੇ ਨੇ, ਆਹ ਜਿਹੜੇ ਸਾਡੇ ਗਰੀਬਾਂ ਨੂੰ 300 ਜੁੱਟ ਮਾਫ਼ ਸੀ, ਜਿਹੜੇ ਪੰਜਾਬ ਦੇ ਵਿੱਚ ਮੋਟਰਾਂ ਦੇ ਬਿੱਲ ਮਾਫ਼ ਸੀ, ਅੱਜ ਉਹਨਾਂ ਨੂੰ ਆਉਣ ਵਾਲਾ ਜਿਹੜਾ ਬਿੱਲ ਲਾਗੂ ਹੁੰਦਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਜੁੱਟ ਮਾਫ਼ ਕਰਨੇ ਬੰਦ ਕਰਨਗੇ, ਵੱਡੀ ਮੋਟੀ ਰਕਮ ਦੇ ਨਾਲ ਸਾਨੂੰ ਇਹ ਬਿੱਲ ਅਗਰਾਹੀ ਕਰਨਗੇ, ਤਾਂ ਕਿ ਜਿਹੜੇ ਦੁਕਾਨਾਂ ਵਾਲੇ ਆ ਇਹਨਾਂ ਦੀ ਦੁਕਾਨਾਂ ਦੇ ਵੀ ਇੱਕ ਇਹਨਾਂ ਨੇ ਅੱਜ ਪਟਾਕੇ ਖਰੀਦਣੇ ਆ, ਅੱਗੇ ਹਰੇਕ ਮੰਜਾ ਰੱਖ ਕੇ ਥੋੜ੍ਹੇ ਬਹੁਤੇ ਕਮਾਈ ਕਰ ਲੈਂਦਾ, ਉਹਨਾਂ ਦੇ ਵਾਸਤੇ ਵੀ ਅੱਜ ਆਪਣੇ ਇਹਨਾਂ ਨੇ ਇੱਕ ਉਹ ਪਰਮਿਟ ਲੈਣਾ ਪੈਂਦਾ, ਉਸੇ ਕਰਕੇ ਵੀ ਇਹਨਾਂ ਨੇ ਹਰ ਇੱਕ ਪੰਜਾਬ ਨਹੀਂ ਸਾਰੇ ਦੇਸ਼ ਦੇ ਵਿੱਚ ਹਰ ਇੱਕ ਕੌਮ, ਹਰ ਇੱਕ ਜਾਤੀ ਨੂੰ, ਹਰ ਇੱਕ ਦੁਕਾਨਦਾਰ ਨੂੰ, ਹਰ ਇੱਕ ਪੈਦਾ ਕਰਨ ਵਾਲੇ ਨੂੰ ਇੱਕ ਉਹਨਾਂ ਲੁਟੇਰਿਆਂ ਦੇ ਹੱਥੋਂ ਲੁੱਟਣ ਦੀ ਖਾਤਰ ਇੱਕ ਪਲੈਨਿੰਗ ਬਣਾਈ ਹੈ, ਜਿਹੜੀ ਕਰੋਨਾ ਦੇ 1900 ਦਸੰਬਰ 19 ਤੋਂ ਮਾਰਚ 19 ਤੋਂ ਲੈ ਕੇ ਚੱਲੇ ਹੋਏ ਹੈ, ਉਦੋਂ ਇਹਨਾਂ ਨੇ ਕਰੋਨਾ ਦੀ ਇਲਾਜ ਨਹੀਂ ਕਰਿਆ, ਆਹ ਲੋਕਾਂ ਦੀ ਖਾਤਰ, ਇਹਨਾਂ ਲੋਕਾਂ ਨੂੰ ਮਾਰਨ ਦੀ ਖਾਤਰ ਇਹੋ ਜਿਹਾ ਇਲਾਜ ਸ਼ੁਰੂ ਕੀਤਾ ਜਿਹੜਾ ਅੱਜ ਆਪਣੇ ਇਸ ਦੇਸ਼ ਦੇ ਵਿੱਚ ਚੱਲ ਰਿਹਾ ਹੈ। ਅੱਜ ਸਾਰਾ ਮਤਲਬ ਵੀ ਆਪਣਾ ਜਿਹੜਾ ਭਾਰਤ ਹੈ ਸਾਰਾ ਮੁਕੰਮਲ ਬੰਦ ਹੋਊਗਾ, ਇਹ ਉਹਨੂੰ ਵਹਿਮ ਹੈ ਵੀ ਫਲਾਣੇ ਥਾਂ ਨਹੀਂ ਬੰਦ ਹੋਣਾ, ਆਹ 10 ਤਰੀਕ ਨੂੰ ਉਹਦਾ ਰਿਜ਼ਲਟ ਆ ਜੂ, ਉੱਥੇ ਪਤਾ ਲੱਗ ਜੂ ਉੱਥੇ ਕੀ ਹੁੰਦਾ, ਜਿਹੜਾ ਯਾਰ ਅਮਰੀਕਾ ਦੇ ਵਿੱਚ ਹਾਰ ਰਿਹਾ ਹੈਗਾ ਉਹ ਵੀ ਇਹਨੂੰ ਪਤਾ ਲੱਗ ਜੂ ਵੀ ਜਿਹਦੇ ਸਿਰ 'ਤੇ ਮਾਗਾ ਮਾਰਦਾ ਸੀ, ਇਸ ਲਈ ਅਸੀਂ ਜੋ ਵੀ ਜਿੰਨਾ ਵੀ ਬੰਦ ਕੀਤਾ ਇਸ ਕਰਕੇ ਸਾਡੇ ਸੁਲਝੇ ਹੋਏ ਲੀਡਰਾਂ ਨੇ ਫੈਸਲਾ ਲਿਆ ਹੈਗਾ, 346 ਜਥੇਬੰਦੀਆਂ ਦਾ ਸਾਰਾ ਫੈਸਲਾ ਸੀ ਵੀ ਅੱਜ ਇਹ ਮਤਲਬ 5 ਤਰੀਕ ਨੂੰ ਮੁਕੰਮਲ ਬੰਦ ਕੀਤਾ ਜਾਵੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਰੋਸ ਆ। ਗੱਲਬਾਤ ਕਰਨ ਦੀ ਹੋਰ ਕੋਸ਼ਿਸ਼ ਕਰਦਾ ਬਜ਼ੁਰਗੋ, ਕੀ ਕਹਿਣਾ ਤੁਹਾਡਾ? ਜਿਹੜਾ ਖੇਤੀ ਬਿੱਲ ਲੈ ਕੇ ਆਈ ਆ ਮੋਦੀ ਸਰਕਾਰ, ਉਹਦੇ ਵਿਰੋਧ ਦੇ ਵਿੱਚ ਅੱਜ ਪੂਰਾ ਜਿਹੜਾ ਦੇਸ਼ ਭਰ ਦੇ ਵਿੱਚ ਚੱਕਾ ਜਾਮ ਆ। ਹਾਂਜੀ, ਪਰ ਚੱਕਾ ਜਾਵਾਂ ਦੇਸ਼ ਭਰ ਦੇ ਵਿੱਚ, ਸਾਰੇ ਨਿੱਕੇ ਮੋਟੇ ਜਵਾਕ, ਜਨਾਨੀਆਂ, ਔਰਤਾਂ, ਬੱਚੇ ਸਭ ਇੱਥੇ ਪਹੁੰਚ ਰਹੇ ਨੇ, ਧਰਨੇ ਦੇ ਵਿੱਚ ਸ਼ਾਮਿਲ ਹੋਣਗੇ, ਅਸੀਂ ਵੀ ਧਰਨੇ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ। ਮੈਂ 1 ਏਕੜ ਦਾ ਮਾਲਕ ਹਾਂਗਾ,
ਮੈਂ ਵੀ ਰੋਜ਼ ਦੀ ਰੋਜ਼ ਧਰਨੇ 'ਚ ਸ਼ਾਮਿਲ ਹੁੰਦਾ ਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਕੋਲ ਬਹੁਤ ਜਿਹੜੀ ਘੱਟ ਜਗ੍ਹਾ ਜ਼ਮੀਨ ਆ ਗਈ, ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਰੋਸ ਆ। ਲਗਾਤਾਰ ਜਿਹੜਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਸੈਂਟਰ ਦੇ ਸਰਕਾਰ ਦੇ ਖਿਲਾਫ਼ ਲਗਾਤਾਰ ਜਾਰੀ ਆ। ਸਾਡੇ ਨਾਲ ਹੋਰ ਵੀ ਕੁਛ ਕਿਸਾਨ ਨੇ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬਜ਼ੁਰਗੋ ਕੀ ਕਹਿਣਾ ਤੁਹਾਡਾ ਜਿਹੜਾ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ? ਗੁਰਚਰਨ ਸਿੰਘ ਆ ਜੀ, ਸਾਬਕਾ ਫੌਜੀ ਹਾਂ। ਇਹ ਬਿਨਾਂ ਸਾਡਾ ਦੇਖੋ ਬਹੁਤ ਬੁਰਾ ਹਾਲ ਆ, ਕਿਸਾਨਾਂ ਦਾ ਵੀ ਹਾਲ ਆ, ਦੇਖੋ ਕੀ ਹਾਲ ਆ ਖੇਤਾਂ 'ਚ ਪਿੰਡਾਂ 'ਚ। ਬਹੁਤ ਦੁਨੀਆਂ ਬਾਹਲੀ ਤੰਗ ਆ, ਨਾ ਤਾਂ ਝੋਨਾ ਦੇਖੋ ਖੇਤਾਂ 'ਚ ਅੱਧਾ ਰੁੜੀ ਜਾਂਦਾ, ਕੋਈ ਕੋਈ ਨਾ ਕੋਈ ਸੁਣਾਈ ਨਹੀਂ ਕੋਈ। ਮੋਦੀ ਦਾ ਪੱਠਾ ਵਾ ਤਾ ਲੋਕਾਂ ਦਾ, ਸਾਰੇ ਪੰਜਾਬ ਦਾ ਸਾਡਾ। ਤੁਸੀਂ ਦੇਖ ਸਕਦੇ ਹੋ ਜੋ ਆ ਸਾਡੇ ਪਿੱਛੇ ਜਿਹੜੀ ਮੇਨ ਰੋਡ ਜਾ ਰਹੀ ਹੈ, ਨੈਸ਼ਨਲ ਹਾਈਵੇ ਆ, ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨਾਂ 'ਤੇ ਇਹ ਜਾਣੀ ਜਾਂਦੀ ਆ। ਕਿਸਾਨਾਂ ਵੱਲੋਂ ਦੇਖੋ ਕਿੰਨਾ ਭਾਰੀ ਜਿਹੜਾ ਹੈਗਾ ਇਕੱਠ ਕਰਨ ਦੇ ਕਰਕੇ ਮੋਦੀ ਦੇ ਖਿਲਾਫ਼, ਮੋਦੀ ਸਰਕਾਰ ਦੇ ਖਿਲਾਫ਼ ਜਾਂ ਬੀਜੇਪੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਕਾਲੇ ਕਾਨੂੰਨ ਨਾਲ ਲੈ ਕੇ ਮੋਦੀ ਸਰਕਾਰ ਖਿਲਾਫ਼। ਤੁਸੀਂ ਦੇਖ ਸਕਦੇ ਹੋ ਜੋ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜਿਹੜੇ ਬਿੱਲ ਆ ਗਏ ਉਹ ਲਿਆਉਂਦੇ ਗਏ ਆ, ਉਹਨਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਕਾਫ਼ੀ ਦਿਨਾਂ ਦਾ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਆ। ਸਾਡੇ ਨਾਲ ਕੁਝ ਬੀਬੀਆਂ ਮੌਜੂਦ ਆ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਬੀਬੀ ਜੀ, ਜਿਹੜਾ ਕਿਸਾਨ ਮਾਰੂ ਨੀਤੀਆਂ ਦੇ ਵਿਰੁੱਧ ਮੋਦੀ ਸਰਕਾਰ ਬਿੱਲ ਲੈ ਕੇ ਆਈ ਆ, ਤੁਹਾਡੇ ਵੱਲੋਂ ਅੱਜ ਪੂਰੇ ਦੇਸ਼ ਦੇ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ, ਕੀ ਕਹਿਣਾ ਤੁਹਾਡਾ ਜੀ? ਸਾਨੂੰ ਤਾਂ ਬਿਲਕੁਲ ਇਹ ਚੰਗਾ ਨਹੀਂ ਲੱਗ ਰਿਹਾ। ਇਸ ਮੋਦੀ ਦੇ ਅਸੀਂ ਤਾਂ ਪਾਏ ਸੀ ਫੁੱਲਾਂ ਦੇ ਹਾਰ, ਪਰ ਅੱਜ ਸਾਡੇ ਤਾਂ ਛਿੱਤਰਾਂ ਦੇ ਪਾ ਕੇ ਸਵਾਗਤ ਕਰ ਰਿਹਾ ਸਾਡਾ। ਅਸੀਂ ਬੀਬੀਆਂ ਇੱਥੇ ਰੁਲਦੀਆਂ, ਇਹਨੂੰ ਕੋਈ ਦਰਦ ਨਹੀਂ। ਇਹ ਅੱਖਾਂ ਤੋਂ, ਅੰਨਾਂ ਅਤੇ ਕੰਨਾਂ ਤੋਂ ਬੋਲਾ ਇਹ ਬੰਦਾ, ਇਹ ਬੰਦਾ ਨਹੀਂ ਹੈ ਇਹ। ਹਾਂ, ਸਾਡਾ ਸਾਨੂੰ ਸਾਡੀ ਬਿੱਲੀ ਸਾਨੂੰ ਮਿਆਉ ਕਰੀ ਇਸ ਟਾਈਮ, ਬਹੁਤ ਸਾਡੀ ਬੁਰੀ ਹਾਲਤ ਆ। ਆਹ ਤਾਂ ਇੱਥੇ ਰੁਲਦਾ, ਸਾਡੇ ਬਹੁਤ ਬੁਣੀਆਂ ਦੇ ਘਰੇ ਧੰਦੇ ਰੁਲਦੇ ਆ, ਬਾਕੀ ਸਾਡੇ ਕਿਸਾਨਾਂ ਦੇ ਆ। ਇਸ ਟਾਈਮ ਸਭ ਨੂੰ ਪਤਾ ਖੇਤੀ ਦਾ ਟਾਈਮ ਹੈ, ਚੌਲ ਵੱਢ ਕੇ ਅਤੇ ਕਣਕ ਬੀਜਣੀਆਂ ਵਾਹੁਣੀਆਂ, ਬਹੁਤ ਸਾਰੇ ਕੰਮ ਨੇ ਜਿਹੜੇ ਅੱਜ ਸਾਡੇ ਖੇਤਾਂ ਦੇ ਚੀਜ਼ਾਂ ਸਾਡੇ ਇਹ ਮੋਦੀ ਵਰਗੇ ਛਾਲਾਂ ਮਾਰਦੇ ਆ, ਉਹਨਾਂ ਕਿਸਾਨਾਂ ਦਾ ਇਹ ਬੁਰਾ ਹਾਲ ਕਰਕੇ ਇਹਦਾ ਕਿਉਂ ਨਹੀਂ ਹੋਊਗਾ? ਕਾਹਤੋਂ ਨਹੀਂ ਹੋਊ ਇਹਦਾ ਬੁਰਾ ਹਾਲ? ਇਹਦਾ ਵੀ ਰਾਮ ਬੁਰਾ ਹਾਲ ਸਾਡੇ ਨਾਲ ਹੀ ਹੋਊਗਾ। ਜੇ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਇਹ ਬੰਦਾ ਕੱਲਾ ਗਲਾਸ ਵੱਜ ਨਹੀਂ ਜਾਣਦਾ, ਸਾਡੀ ਦੁਨੀਆ ਨੂੰ ਨਹੀਂ ਸੀ ਪਤਾ ਅਸੀਂ ਖੁਦ ਮਾੜੇ ਆ, ਕੋਈ ਨਹੀਂ ਮਾੜਾ, ਕਿਉਂਕਿ ਇਸ ਬੰਦੇ ਨੂੰ ਇਹ ਦੁਨੀਆ ਜਿਹੜਾ ਦਿੱਤਾ ਗਿਆ, ਪੰਜਾਬ ਤੁਸੀਂ ਦੇਖ ਸਕਦੇ ਹੋ ਜਿਹੜਾ ਕਿੰਨਾ ਜਿਹੜਾ ਗੁੱਸਾ ਹੈਗਾ ਉਹ ਕਿਸਾਨਾਂ ਦੇ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਭਰਿਆ ਵਾ। ਇਹਨਾਂ ਦਾ ਕਹਿਣਾ ਕਿ ਬਿਲਕੁਲ ਬਰਬਾਦ ਹੋ ਜਾਣਗੇ ਜੇਕਰ ਇਹ ਬਿੱਲ ਕੇਂਦਰ ਸਰਕਾਰ ਵੱਲੋਂ ਵਾਪਸ ਨਾ ਲਏ ਗਏ। ਤਾਂ ਆਰ ਪਾਰ ਦੀ ਜਿਹੜੀ ਲੜਾਈ ਆ ਉਹ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜੀ ਹੈਗੀ ਆ ਵਿੱਢੀ ਗਈ ਆ। ਇਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਜਿਹੜੇ ਖੇਤੀ ਜਿਹੜੇ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ, ਜਿੰਨਾ ਚਿਰ ਉਹ ਕਾਨੂੰਨ ਵਾਪਸ ਹੀ ਲਏ ਜਾਂਦੇ, ਇਹਨਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗਾ। ਨੋਟਬੰਦੀ ਕਰੀ, ਫਿਰ ਇਹਨੇ ਆਹ ਕਾਨੂੰਨ ਕੱਢਿਆ, ਫਿਰ ਇਹਨੇ ਮੁਸਲਮਾਨਾਂ 'ਤੇ ਇਲਜ਼ਾਮ ਲਾਇਆ ਜੀ ਕਰੋਨਾ ਆ ਗਿਆ, ਕਰੋਨਾ ਨੂੰ ਲੋਕਾਂ ਨੂੰ ਅੰਦਰ ਵਾੜ ਕੇ, ਫਿਰ ਇਹਨੇ ਆਹ ਕਾਨੂੰਨ ਕੱਢਿਆ ਵੀ ਜਾਂ ਮਰ ਜਾਂਗੇ ਜਾਂ ਮਾਰ ਜਾਂਗੇ ਸੀ ਇਹ, ਉਹਦਾ ਜਿਹੜਾ ਕਾਨੂੰਨ ਕੱਢਿਆ ਇਹ ਖਤਮ ਕਰਨਾ। ਉਹਨੇ ਇਹ ਗੱਲ ਕਹੀ ਸੀ, ਕਹਿੰਦਾ ਮੈਂ ਕਾਲਾ ਧਾਨ ਕਢਵਾ ਦੂੰਗਾ, ਉਹ ਗਰੀਬਾਂ 'ਚ ਵੰਡ ਦਿੰਦਾ, ਲੋਕ ਖਾ ਲੈਂਦੇ, ਨਹਿਰਾਂ 'ਚ ਛਟਾਈ ਦਾ, ਗੰਦੇ ਕਚੜੇ 'ਚ ਛਟਾਈ ਦਾ, ਕੀ ਅਸਰ ਹੋਇਆ, ਕੀ ਫਾਇਦਾ ਹੋਇਆ? ਨੋਟਬੰਦੀ ਕਰਕੇ ਲੋਕ ਮਰਨ ਵਾਲੇ ਕਰਦੇ ਉਸ ਟਾਈਮ 'ਤੇ, ਕਿਸੇ ਦੇ ਵਿਆਹ ਧਾਰਿਆ, ਕਿਸੇ ਦੇ ਮਰਨਾ ਹੋ ਗਿਆ, ਅਤੇ ਉਹਦਾ ਜ਼ਿੰਮੇਵਾਰ ਹੈਗਾ ਸੀ ਇਹ, ਇਹਨੂੰ ਭੋਰਾ ਸੁਰਤ ਨਹੀਂ ਇਸ ਬੰਦੇ ਨੂੰ, ਇਹਦੀ ਕਦੇ GST ਲਾਤੀ, ਕਦੇ ਇਹ ਕਰਦਾ ਜੋ ਕਰਦਾ, ਇਹਨੂੰ ਸਿੱਧਾ ਸ਼ਬਦ ਹੀ ਨਹੀਂ ਕੋਈ ਆਉਂਦਾ, ਇਹਦੀ ਮਾਂ ਨੇ ਇਹੀ ਕੁਛ ਸਿਖਾਇਆ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਲਗਾਤਾਰ ਜਾਰੀ ਆ। ਪੂਰੇ ਪੰਜਾਬ ਦੇ ਵਿੱਚ ਆ ਜਿਹੜੇ ਹੈਗੇ ਕਿਸਾਨਾਂ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾਏ ਗਏ ਹੈਗੇ। ਜਿਹੜੀਆਂ ਮੇਨ ਰੋਡਾਂ ਗੀਆਂ, ਮੇਨ GD ਰੋਡਾਂ, ਟੋਲ ਪਲਾਜ਼ੇ ਆ, ਉਹਨਾਂ ਨੂੰ ਅੱਜ ਪੂਰੀ ਤਰ੍ਹਾਂ ਜਿਹੜਾ ਹੈਗਾ ਗਾ ਬੰਦ ਕੀਤਾ ਗਿਆ ਗਾ। ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਉਹ ਧਰਨੇ ਦੇ ਵਿੱਚ ਪਹੁੰਚੇ ਹੋਏ ਆ। ਲਗਾਤਾਰ ਜਿਹੜਾ ਹੈਗਾ ਗਾ ਧਰਨਾ ਪ੍ਰਦਰਸ਼ਨ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਉਹ ਲਗਾਤਾਰ ਜਾਰੀ ਆ। ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਰੋਡ ਦੇ ਉੱਪਰ ਜਿਹੜਾ ਹੈਗਾ ਇਸ ਟਾਈਮ ਜਿਹੜਾ ਧਰਨਾ ਲੱਗ ਚੁੱਕਿਆ ਹੈਗਾ, ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਹੈਗਾ ਗਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਆ। ਕਿਸਾਨਾਂ ਦਾ ਕਹਿਣਾ ਕਿ ਜਿੰਨਾ ਚਿਰ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ, ਉਹਨਾਂ ਜਿਹੜੇ ਧਰਨਾ ਪ੍ਰਦਰਸ਼ਨ ਜਿਹੜੇ ਹੈਗੇ ਲਗਾਤਾਰ ਜਾਰੀ ਰਹਿਣਗੇ, ਚਾਹੇ ਉਹਨਾਂ ਨੂੰ ਇਸ 'ਤੇ ਲਈ ਜਿਹੜੀ ਹੈਗੀ ਸਿਰ ਧੜ ਦੀ ਬਾਜ਼ੀ ਵੀ ਕਿਉਂ ਨਾ ਲਾਉਣੀ ਪਵੇ। ਕਿਸਾਨਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਗੁੱਸਾ ਵੇਖਣ ਨੂੰ ਮਿਲ ਰਿਹਾ।
ਕੀ ਕਹਿਣਾ ਸਰ ਤੁਹਾਡਾ ਜੀ? ਜਿਹੜਾ ਅੱਜ ਵਾਲਾ ਇਹ 5 ਤਰੀਕ ਦਾ ਰੋਡ ਜਾਮ ਹੈ, ਚੱਕਾ ਜਾਮ ਹੈ, ਇਹ ਦੇਸ਼ ਦੀਆਂ ਘੱਟੋ ਘੱਟ 350 ਤੋਂ ਉੱਪਰ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ, ਜਿਹਦੇ ਤਹਿਤ ਅਸੀਂ ਵੀ ਇੱਥੇ ਮੋੜਾਂ ਵਾਲੇ ਚੌਂਕ 'ਚ ਰਾਮਪੁਰਾ ਫੂਲ ਵਿਖੇ ਧਰਨਾ ਲਾ ਰਹੇ ਹਾਂ। ਇਸ ਲਈ ਜੇ ਮੋਦੀ ਸਰਕਾਰ ਹਜੇ ਵੀ ਨਹੀਂ ਝੁਕੂਗੀ, ਹਜੇ ਵੀ ਨਹੀਂ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋਊ, ਤਾਂ ਅਸੀਂ ਇਸ ਤੋਂ ਬਾਅਦ ਜਿਹੜਾ ਇਹ ਜਥੇਬੰਦੀਆਂ ਦਾ ਸੱਦਾ ਹੈ 27 ਤਰੀਕ ਨੂੰ ਦਿੱਲੀ ਦੇ ਵਿੱਚ ਜਾਣ ਦਾ, ਉੱਥੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਮਤਲਬ ਇਸ ਮੋਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਜਿਹੜੇ ਇਹ ਕਿਸਾਨ ਮਾਰੂ ਸਾਰੇ ਤਬਕਿਆਂ ਨੂੰ ਮਾਰਨ ਵਾਲੇ ਬਿੱਲ ਹੈ ਇਹ ਵਾਪਸ ਲਵੇ, ਅਤੇ ਨਹੀਂ ਫਿਰ ਕੋਈ ਇੱਦਾਂ ਇਹ ਕਿਸਾਨਾਂ ਨੂੰ ਮਤਲਬ ਰਿਪਰੈਸ਼ਨ ਕਰੇ ਜਾਂ ਮਤਲਬ ਉਹਨੂੰ ਮਜਬੂਰ ਕਰਾਂਗੇ ਮੰਨਣ ਲਈ, ਅਤੇ ਨਹੀਂ ਫਿਰ ਅਗਲਾ ਸਟੈਪ ਚੱਕਣ ਲਈ। ਇਸ ਲਈ ਜਿਵੇਂ ਸਾਨੂੰ ਸੱਦੇ ਜਥੇਬੰਦੀਆਂ ਦੇ ਸੱਦੇ ਆਉਣਗੇ, ਉਹਦੇ ਤਹਿਤ ਹਰੇਕ ਸੱਦੇ 'ਤੇ ਫੁੱਲ ਚੜ੍ਹਾਏ ਜਾਣਗੇ। ਜਿਹੜੇ ਇਹ ਕਿਸਾਨ ਮਾਰੂ ਬਿੱਲ ਹੈ, ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ ਉਨ੍ਹਾਂ ਚਿਰ ਐਜੀਟੇਸ਼ਨਾਂ ਜਾਰੀ ਰਹਿਣਗੀਆਂ, ਇਹ ਚੱਲਦਾ ਰਹੂ। ਮੈਂ ਪੁਰਸ਼ੋਤਮ ਮਹਿਰਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਅਤੇ ਸਾਡਾ ਅੱਜ ਇਹ ਇੱਥੇ ਅਮਨਪੂਰਵਕ ਹਜੇ ਚੱਲ ਰਿਹਾ, ਅਤੇ ਹੁਣ ਅਸੀਂ ਇਹ ਠੀਕ 12 ਵਜੇ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ, ਕੁਛ ਮਿੰਟ ਹੀ ਬਾਕੀ ਹੈ। ਇਸ ਲਈ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਕਹਿਣਾ ਸੀ ਵੀ ਇਹਨੂੰ ਬੰਦ ਕਰਕੇ ਅਤੇ ਇੱਥੇ ਮਤਲਬ ਚਲਾਇਆ ਜਾਵੇ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੀ ਮਾਲ ਗੱਡੀਆਂ ਦੀ ਆਵਾਜਾਈ ਉਹ ਬਿਲਕੁਲ ਬੰਦ ਹੈ ਜੀ, ਔਰ ਸਰਕਾਰ ਦਾ ਕਹਿਣਾ ਹੈਗਾ ਕਿ ਜਿੰਨਾ ਚਿਰ ਸਾਡੇ ਪਲੇਟਫਾਰਮ ਖਾਲੀ ਨਹੀਂ ਹੁੰਦੇ, ਸਾਡੇ ਰੇਲਵੇ ਟਰੈਕ ਖਾਲੀ ਨਹੀਂ ਹੁੰਦੇ, ਅਸੀਂ ਉਹਨਾਂ ਚਿਰ ਮਾਲ ਗੱਡੀਆਂ ਨਹੀਂ ਚਲਾਵਾਂਗੇ, ਤੁਹਾਡਾ ਹੀ ਕਹਿਣਾ ਸੁਣ ਲਓ। ਦੇਖੋ ਜੀ, ਇਹ ਜੀ ਦੇਖੋ, ਕਿਸਾਨਾਂ ਨੇ ਰੇਲ ਮਾਲ ਗੱਡੀਆਂ ਨੂੰ ਕਿੰਨੇ ਦਿਨਾਂ ਦੀ ਖੁੱਲ੍ਹ ਦਿੱਤੀ ਹੋਈ ਹੈ, ਅਤੇ ਕੱਲ੍ਹ ਜਿਹੜੀ ਕਿਸਾਨਾਂ ਦੀ ਮੀਟਿੰਗ ਚੰਡੀਗੜ੍ਹ 'ਚ ਹੋਈ ਹੈ ਉਹਦੇ ਤਹਿਤ ਵੀ ਇਹ ਹੈ ਵੀ ਅਗਲੇ 15 ਦਿਨਾਂ ਤੱਕ ਕੋਈ ਮਾਲ ਗੱਡੀ ਦਾ ਘਰਾਓ ਨਹੀਂ ਕੀਤਾ ਜਾਊ। ਜਿਹੜੇ ਰੇਲਵੇ ਸਟੇਸ਼ਨ ਖਾਲੀ ਹੈ, ਇਹਨਾਂ ਦੇ ਟਰੈਕ ਸਾਰੇ ਖਾਲੀ ਹੈ, ਸਿਰਫ 2 ਟਰੈਕ ਜਿਹੜੇ ਇੱਕ ਜਥੇਬੰਦੀ ਮਤਲਬ ਬੈਠੀ ਹੈ, ਉਹ ਇਹਨਾਂ ਦੇ ਪ੍ਰਾਈਵੇਟ ਥਰਮਲਾਂ ਵਾਲੇ ਅਤੇ ਅਡਾਨੀ ਦੇ ਸਟੋਰ ਵਾਲਾ, ਉਹ ਜਥੇਬੰਦੀ ਦਾ ਫੈਸਲਾ ਵੀ ਉਹਨਾਂ ਚਿਰ ਨਹੀਂ ਛੱਡਦੇ, ਅਤੇ ਇਸ ਲਈ ਦੂਜੀ ਆਪਣਾ ਆਵਾਜਾਈ ਬਹਾਲ ਕਰਨ 'ਚ ਕੀ ਮਤਲਬ ਦਿੱਕਤ ਹੈ। ਪਰ ਇਹ ਸਰਕਾਰ ਜਾਣ ਬੁੱਝ ਕੇ ਹੈਰਾਨ ਕਰ ਰਹੀ ਹੈ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਗੱਲਾਂ ਵੀ, ਇੱਥੇ ਯੂਰੀਆ ਦੀ ਘਾਟ ਪੈ ਜੂ, ਇੱਥੇ ਕੋਲੇ ਦੀ ਘਾਟ ਪੈ ਜੂ। ਇਸ ਲਈ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਲੈਣਾ ਖਾਲੀ ਹੈ ਮਤਲਬ ਜਿੱਥੇ ਕਿਤੇ ਭੇਜਣਾ ਉੱਥੇ ਤਾਂ ਮਤਲਬ ਉਹ ਆਪਣਾ ਸਮਾਨ ਭੇਜੀ। ਕਿਸਾਨਾਂ ਦਾ ਕਹਿਣਾ ਕਿ 20 ਤਰੀਕ ਤੱਕ ਜਿਹੜਾ ਹੈਗਾ ਰੇਲਵੇ ਟਰੈਕ ਸਾਡੇ ਵੱਲੋਂ ਬਿਲਕੁਲ ਖਾਲੀ ਕਰ ਦਿੱਤੇ ਗਏ ਆ, ਸਰਕਾਰ ਜਾਣ ਬੁੱਝ ਕੇ ਜਿਹੜੀਆਂ ਰੇਲ ਮਾਲ ਗੱਡੀਆਂ ਗਈਆਂ ਉਹਨਾਂ ਨੂੰ ਚਲਾ ਨਹੀਂ ਰਹੀ। ਤੁਸੀਂ ਦੇਖ ਸਕਦੇ ਹੋ ਮਾਰੂ ਨੀਤੀਆਂ ਨੂੰ ਲੈ ਕੇ ਕਿਸ ਤਰ੍ਹਾਂ ਜਿਹੜੇ ਕਿਸਾਨ ਆ ਉਹ ਇੱਕ ਪਲੇਟਫਾਰਮ 'ਤੇ ਬਿਲਕੁਲ ਇਕੱਠੇ ਹੋਏ ਹੋਏ ਆ, ਔਰ ਥੋੜ੍ਹਾ ਸਮਾਂ ਰਹਿ ਗਿਆ 12 ਵਜੇ ਦੇ ਕਰੀਬ ਜਿਹੜਾ ਹੈਗਾ ਗਾ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਊਗਾ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ। ਅੱਜ 5 ਤਰੀਕ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖਿਲਾਫ਼ ਘਿਰਾਓ ਕਰਨ ਜਾ ਰਹੀਆਂ ਗੀਆਂ, ਰੋਸ ਪ੍ਰਦਰਸ਼ਨ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਜਾਰੀ ਆ। ਤੁਸੀਂ ਦੇਖ ਰਹੇ ਰਾਮਪੁਰਾ ਫੂਲ ਜੋ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦਾ ਜਿਹੜਾ ਮੇਨ ਸਪੋਟ ਹੈਗਾ ਜਿਹਨੂੰ ਮੌੜ ਚੌਂਕ ਦੇ ਨਾਂ ਨਾਲ ਜਾਣਿਆ ਜਾਂਦਾ, ਪੂਰੀ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਬਿਲਕੁਲ ਇਹਨੂੰ ਜਾਮ ਰੱਖਿਆ ਜਾਊਗਾ। ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਗੀਆਂ ਉਹਨਾਂ ਨੂੰ ਸਿਰਫ ਛੋਟ ਹੋਊਗੀ, ਜਿਵੇਂ ਕਿ ਜਿਸ ਤਰ੍ਹਾਂ ਕੋਈ ਮਰੀਜ਼ ਲੈ ਕੇ ਜਾ ਰਿਹਾ, ਐਂਬੂਲੈਂਸ DMC ਜਾ ਰਹੀ ਆ, ਕੋਈ PGI ਜਾ ਰਹੀ ਆ, ਉਹਨਾਂ ਦੇ ਜਾਣ ਵਾਸਤੇ ਇਹਨਾਂ ਵੱਲੋਂ ਬਕਾਇਦਾ ਜਿਹੜੇ ਹੈਗੇ ਮਤਲਬ ਪੁਖਤਾ ਪ੍ਰਬੰਧ ਕੀਤੇ ਗਏ ਵੀ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਨੂੰ ਮਤਲਬ ਕਿ ਇਹਨਾਂ ਨੇ ਨਹੀਂ ਰੋਕਣਾ। ਬਾਕੀ ਆਲ ਓਵਰ ਜਿਹੜਾ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਟ੍ਰੈਫਿਕ ਆ ਬਿਲਕੁਲ ਜਾਮ ਕਰ ਦਿੱਤੀ ਜਾਊਗੀ, ਸਿਰਫ ਕਿਸਾਨ ਖੇਤੀ ਬਿੱਲਾਂ ਨੂੰ ਲੈ ਕੇ ਜੋ ਮਾਰੂ ਨੀਤੀਆਂ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਪੰਜਾਬ ਦੇ ਕਿਸਾਨ ਵਾਸਤੇ, ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਗਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਰਾਮਪੁਰਾ ਫੂਲ ਤੋਂ ਕੈਮਰਾਮੈਨ ਰਮਨਪ੍ਰੀਤ ਨਾਲ ਜਸਵੀਰ ਔਲ Nc7 ਨਿਊਜ਼। ਉਧਰ ਪੁਲਿਸ ਵੱਲੋਂ ਵੀ ਹਰ ਕਿਸਮ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ, ਚੱਪੇ ਚੱਪੇ ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਇਹ ਪੰਜਾਬ 5 ਦੇ ਸੱਦੇ ਦੇ ਅੱਜ ਜਿਹੜਾ ਕਿਸਾਨ ਯੂਨੀਅਨ ਦਿੱਤਾ ਗਿਆ ਹੈ, ਇਸ 'ਤੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਫੋਰਸ ਲਾ ਕੇ ਜਿਹੜੇ ਡਿਵਰਸ਼ਨ ਦਿੱਤੀ ਗਈ ਹੈ ਤਾਂ ਜੋ ਕੋਈ ਜਾਮ ਦੇ ਵਿੱਚ ਫਸਦਾ ਉਹਨੂੰ ਆਸੇ ਪਾਸੇ ਨਗਾਇਆ ਜਾ ਸਕੇ। ਔਰ ਇੱਥੇ ਵੀ ਜਿਹੜੇ ਧਰਨੇ ਵਾਲੀ ਜਗ੍ਹਾ 'ਤੇ ਵੀ ਫੋਰਸ ਲਾ ਕੇ ਅਸੀਂ ਪੂਰਾ ਪ੍ਰਬੰਧ ਕੀਤਾ ਗਿਆ ਇਹਦਾ ਤਾਂ ਜੋ ਕੋਈ ਮਾੜਾ ਅੰਸਰ ਇੱਥੇ ਆ ਕੇ ਕੋਈ ਗਲਤ ਗੱਲਾਂ ਕਰੇ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, Nc7 ਨਿਊਜ਼।